ਕੁਸੀਂ ਸਨ ਰੋਜ ਰੇਡੀਓ ਸੁਰ ਸੰਗਮ ਤੇ ਕੈਨੇਡਾ ਦੀ ਇੱਕ ਹੋਰ ਖਬਰ ਵੱਲ ਰੁਖ ਕਰਦੇ ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਵੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਗਰਾਮ ਨੂੰ ਠੀਕ ਕਰਨ ਅਤੇ ਮਜ਼ਬੂਤ ਬਣਾਉਣ ਲਈ ਸਖਤ ਕਦਮ ਚੁੱਕੇ ਜਾਣਗੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਭਰੋਸੇਯੋਗ ਵਿਦਿਅਕ ਫਰੇਮ ਦੀ ਰੂਪਰੇਖਾ ਤੇ ਕੰਮ ਕੀਤਾ ਜਾ ਰਿਹਾ ਜਿਸ ਨਾਲ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾਊਗਾ ਇਸ ਬਾਰੇ ਅਜੇ ਬਹੁਤ ਲੰਬੀ ਚੌੜੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਇਹ ਪਤਾ ਲੱਗਾ ਵੀ ਅਧਿਕਾਰਤ ਵਿਦਿਅਕ ਅਦਾਰਿਆਂ ਭਰੋਸੇਯੋਗ ਸਹਿਯੋਗੀਆਂ ਤੇ ਹੋਰਨਾਂ ਨਾਲ ਮਿਲ ਕੇ ਅਸਲੀ ਵਿਦਿਆਰਥੀਆਂ ਦੀ ਪਛਾਣ ਕਰਨੀ ਉਹਨਾਂ ਦੀਆਂ ਸਮੱਸਿਆਵਾਂ ਤੇ ਨਜ਼ਰਸਾਨੀ ਕਰਨੀ ਤੇ ਰਿਪੋਰਟ ਕਰਨਾ ਤੇ ਪੜ੍ਹਾਈ ਵਾਸਤੇ ਸੁਰੱਖਿਆ ਤੇ ਵਧੀਆ ਮਾਹੌਲ ਪ੍ਰਦਾਨ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਇਮੀਗ੍ਰੇਸ਼ਨ ਮੰਤਰੀ ਨੇ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਉਹ ਇਹ ਕਹੀ ਵੀ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਤੇ ਕਿਸੇ ਕਿਸਮ ਦੀ ਰੋਕ ਲਾਉਣ ਦੇ ਹੱਕ ਵਿੱਚ ਨਹੀਂ ਯਾਦ ਰਹੇ ਕਿ ਪਿੱਛੇ ਜਾਏ ਕੈਨੇਡੀਅਨ ਸੈਨੇਟਰਾਂ ਦੇ ਇੱਕ ਗਰੁੱਪ ਨੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਵਿੱਚ ਸੁਧਾਰ ਕਰਨ ਲਈ ਕਈ ਸੁਝਾਅ ਦਿੱਤੇ ਸੀ ਜਿਸ ਵਿੱਚ ਨਵੇਂ ਆਇਆ ਨੂੰ ਫਰਾਡ ਤੇ ਸ਼ੋਸ਼ਣ ਤੋਂ ਬਚਾਉਣ ਲਈ ਵੀ ਬੇਨਤੀ ਕੀਤੀ ਗਈ ਸੀ ਇਸ ਕਮੇਟੀ ਦੁਆਰਾ ਸਖਤ ਨਿਯਮ ਬਣਾਉਣਾ ਤੇ ਨਿਯਮ ਤੋੜਨ ਵਾਲਿਆਂ ਲਈ ਸਖਤ ਜੁਰਮਾਨੇ ਰੱਖਣ ਦੇ ਸੁਝਾਅ ਵੀ ਦਿੱਤੇ ਗਏ ਸੀ ਕਮੇਟੀ ਨੇ ਇਹ ਵੀ ਕਿਹਾ ਕਿ ਇਹ ਲੋਕ ਇਹ ਮੰਨਦੇ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਮੌਜੂਦਾ ਆਰਥਿਕ ਤੇ ਸਮਾਜਿਕ ਚੁਣੌਤੀਆਂ ਲਈ ਜ਼ਿੰਮੇਵਾਰ ਨੇ ਜਦਕਿ ਅਸਲੀਅਤ ਇਹ ਹੈ ਕਿ ਇਹ ਵਿਦਿਆਰਥੀ ਦੋਸ਼ੀ ਨਹੀਂ ਬਲਕਿ ਪੀੜਤ ਨੇ ਹੋਰ ਇਸੇ ਤਰ੍ਹਾਂ ਦੀਆਂ ਖਬਰਾਂ ਸੁਣਨ ਲਈ ਤੁਸੀਂ ਲਗਾਤਾਰ ਜੁੜੇ ਰਹਿਣਾ ਜੀ ਸਾਡੇ ਨਾਲ ਫੇਸਬੁੱਕ ਦਾ ਸਾਡਾ ਪੇਜ ਰੇਡੀਓ ਸੁਰਸੰਗਮ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ ਤੇ ਕੈਨੇਡਾ ਦੀ ਇੱਕ ਹੋਰ ਖਬਰ ਵਾਰ ਰੁਕ ਕਰਦੇ ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਵੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਗਰਾਮ ਨੂੰ ਠੀਕ ਕਰਨ ਅਤੇ ਮਜ਼ਬੂਤ ਬਣਾਉਣ ਲਈ ਸਖਤ ਕਦਮ ਚੁੱਕੇ ਜਾਣਗੇ ਇਮੀਗ੍ਰੇਸ਼ਨਲ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਭਰੋਸੇਯੋਗ ਵਿਧੇਕ ਫਰੇਮ ਦੀ ਰੂਪਰੇਖਾ ਤੇ ਕੰਮ ਕੀਤਾ ਜਾ ਰਿਹਾ ਜਿਸ ਨਾਲ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾਊਗਾ ਇਸ ਬਾਰੇ ਅਜੇ ਬਹੁਤ ਲੰਬੀ ਚੌੜੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਇਹ ਪਤਾ ਲੱਗਾ ਵੀ ਅਧਿਕਾਰਤ ਵਿਧੇਕ ਅਦਾਰਿਆਂ ਭਰੋਸੇਯੋਗ ਸਹਿਯੋਗੀਆਂ ਤੇ ਹੋਰ ਨਾਲ ਨਾਲ ਮਿਲ ਕੇ ਅਸਲੀ ਵਿਦਿਆਰਥੀਆਂ ਦੀ ਪਛਾਣ ਕਰਨੀ ਉਹਨਾਂ ਦੀਆਂ ਸਮੱਸਿਆਵਾਂ ਤੇ ਨਜ਼ਰਸਾਨੀ ਕਰਨੀ ਤੇ ਰਿਪੋਰਟ ਕਰਨਾ ਤੇ ਪੜ੍ਹਾਈ ਵਾਸਤੇ ਸੁਰੱਖਿਆ ਤੇ ਵਧੀਆ ਮਾਹੌਲ ਪ੍ਰਦਾਨ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਇਮੀਗ੍ਰੇਸ਼ਨ ਮੰਤਰੀ ਨੇ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਉਹ ਇਹ ਕਹੀ ਵੀ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਤੇ ਕਿਸੇ ਕਿਸਮ ਦੀ ਰੋਕ ਲਾਉਣ ਦੇ ਹੱਕ ਵਿੱਚ ਨਹੀਂ ਯਾਦ ਰਹੇ ਕਿ ਪਿਛੇ ਜਾਏ ਕੈਰੇਡੀਅਨ ਸੈਨੇਟਰਾਂ ਦੇ ਇੱਕ ਗਰੁੱਪ ਨੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਵਿੱਚ ਸੁਧਾਰ ਕਰਨ ਲਈ ਕਈ ਸੁਝਾਅ ਦਿੱਤੇ ਸੀ ਜਿਸ ਵਿੱਚ ਨਵੇਂ ਆਇਆ ਨੂੰ ਫਰਾਡ ਤੇ ਸ਼ੋਸ਼ਣ ਤੋਂ ਬਚਾਉਣ ਲਈ ਵੀ ਬੇਨਤੀ ਕੀਤੀ ਗਈ ਸੀ ਇਸ ਕਮੇਟੀ ਦੁਆਰਾ ਸਖਤ ਨਿਯਮ ਬਣਾਉਣ ਅਤੇ ਨਿਯਮ ਤੋੜਨ ਵਾਲਿਆਂ ਲਈ ਸਖਤ ਜੁਰਮਾਨੇ ਰੱਖਣ ਦੇ ਸੁਝਾਅ ਵੀ ਦਿੱਤੇ ਗਏ ਸੀ ਕਮੇਟੀ ਨੇ ਇਹ ਵੀ ਕਿਹਾ ਕਿ ਇਹ ਲੋਕ ਇਹ ਮੰਨਦੇ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਮੌਜੂਦਾ ਆਰਥਿਕ ਤੇ ਸਮਾਜਿਕ ਚੁਣੌਤੀਆਂ ਲਈ ਜ਼ਿੰਮੇਵਾਰ ਨੇ ਜਦਕਿ ਅਸਲੀਅਤ ਇਹ ਹੈ ਕਿ ਇਹ ਵਿਦਿਆਰਥੀ ਦੋਸ਼ੀ ਨਹੀਂ ਬਲਕਿ ਪੀੜਤ ਨੇ ਹੋਰ ਇਸੇ ਤਰ੍ਹਾਂ ਦੀਆਂ ਖਬਰਾਂ ਸੁਣਨ ਲਈ ਤੁਸੀਂ ਲਗਾਤਾਰ ਜੁੜੇ ਰਹਿਣਾ ਜੀ ਸਾਡੇ ਨਾਲ ਫੇਸਬੁੱਕ ਦਾ ਸਾਡਾ ਪੇਜ ਰੇਡੀਓ ਸੁਰਸੰਗ ਨੂੰ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ